بسم اللہ الرحمن الرحیم السلام و علیکم شاہ علی حق خیدر امید کرنا اے توں سارے بھرا ٹھیک ہووے تے اللہ تعالی تانوں ساریاں نوں ٹھیک رکھے جی تے اج ڈیٹ ہو گئی 23 اگست 8واں مہینہ 2024 ٹھیک ہے جی کیونکہ کچھ بھرا اندے نے کہ توسی جڑا نا ڈیٹ دا نہیں داس دے تے ڈیٹ جناب اسی سب نو پہلا دسی ڈیٹ دا دسی دا اے مگر ویڈیو دے وچ ہی ہوندا اے ਤੇ ਅਕਸਰियत ਵਿੱਚ ਚੇਂਜ ਵੀ ਹੁੰਦਾ ਹੈ ਕਿ ਜਿਹੜਾ ਪੇਪਰ ਲਾਇਆ ਜਾਂਦਾ ਨਾ ਨੋਟੀਫਿਕੇਸ਼ਨ ਜਿਹਦੇ ਤੇ ਪੂਰੇ ਪਾਕਿਸਤਾਨ ਦੀਆਂ ਦਰਿਆਵਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਉਹਦੇ ਤੇ डिफरेंट ਡੇਟ ਲਿਖੀ ਹੁੰਦੀ ਹੈ ਫਿਰ ਡੇਟ ਬੋਲਣੇ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਥੋੜਾ ਜਿਹਾ ਮੇਰਾ ਭਰਾ ਤੁਸੀਂ ਵੀ ਸਾਰੇ ਨਾ غور ਕਰ ਲਿਆ ਕਰੋ ਵੀਡੀਓ ਤੇ ਠੀਕ ਹੈ ਤੇ ਬਕਾਇਆ ਅੱਜ ਦੀ ਜਿਹੜੀ ਡੇਟ ਹੈ ਇਹਦੇ ਵਿੱਚ ਐਡ ਮਰਾਲਾ ਤਲਾਕ ਕੇ ਤੇ ਐਡ ਪਾਇਨਾ ਤੱਕ ਦੀ ਰਿਪੋਰਟ ਦੇ ਆਦੇ ਉਸ ਤੋਂ ਬਾਅਦ ਜੇਲਮ ਰਾਵੀ ਸਤਲਜ ਤੇ ਇੰਦਸ ਰਿਵਰ ਦੇ ਤਕਰੀਬਨ ਸਾਰੇ ਦਰਿਆਵਾਂ ਦੀ ਮੀਨਸ ਕਿ ਪੂਰੇ ਪਾਕਿਸਤਾਨ ਦੇ ਦਰਿਆਵਾਂ ਦੀ ਅਪਡੇਟ ਦਿਆਂ ਦੇ ਜਿਹੜਿਆਂ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਫੇਸਬੁੱਕ ਬੁੱਕ ਪੇਜ ਨੂੰ ਲਾਈਕ ਫਾਲੋ ਨਹੀਂ ਕੀਤਾ ਉਹ ਲਾਈਕ ਫਾਲੋ ਕਰ ਲਓ ਤੇ ਜਿਹੜੇ ਭਰਾ ਟਿਕਟੌਕ ਤੇ ਵੇਖ ਰਹੇ ਹੋ ਮੇਰੇ ਟਿਕਟੌਕ ਨੂੰ ਵੀ ਫਾਲੋ ਕਰ ਲਓ ਠੀਕ ਹੈ ਜੀ ਹੁਣ ਕੈਮਰੇ ਦਾ ਰੁਖ ਕਰਨੇ ਆ ਦੂਸਰੀ ਸਾਈਡ ਤੇ ਨਾਲੇ ਤੁਹਾਨੂੰ ਅਪਡੇਟ ਦਿੰਨੇ ਆ ਸਾਰੀ ਮੁਕੰਮਲ ਦਰਿਆਈ ਚਨਾਬ ਦੀ ਤੇ ਪਾਕਿਸਤਾਨ ਦੇ ਸਾਰੇ ਦਰਿਆਵਾਂ ਦੀ ਤੇ ਨਾਲੇ ਤੁਹਾਨੂੰ ਦਰਿਆ ਦੀ ਸੂਰਤਿ ਹਾਲ ਤੋਂ ਅਗਾਹ ਕਰ ਰਹੇ ਕਿ ਸਾਡੇ ਕੋਲ ਇਸ ਟਾਈਮ ਕਿੰਨਾ ਪਾਣੀ ਹੈ ਤੇ ਕੀ ਸੂਰਤਿ ਹਾਲ ਹੈ ਦਰਿਆ ਦੀ ਲੋ ਜੀ ਕੈਮਰੇ ਦਾ ਰੋ ਹੋ ਗਿਆ ਜਨਾਬ ਦਰਿਆ ਵਾਲੀ ਸਾਈਡ ਤੇ ਸੇਮ ਉਹੀ ਲੋਕੇਸ਼ਨ ਹੈ ਉਹੀ ਜਗ੍ਹਾ ਉਹ ਤੁਸੀਂ ਵੇਖ ਸਕਦੇ ਹੋ ਕਿਨਾਰਾ ਉੱਥੋਂ ਸ਼ੁਰੂ ਹੋ ਕੇ ਇਹ ਸਾਰਾ ਆ ਗਿਆ ਇੱਥੇ ਤੱਕ ਸੀ ਇਹ ਗੁ ਨਵੀਂ ਬਰੇਤੀ ਪਈ ਹੈ ਉਸ ਤੋਂ ਬਾਅਦ ਇਹ ਅੱਗੇ ਨਵੀਂ ਬਰੇਤੀ ਪਈ ਤੇ ਉਸ ਤੋਂ ਬਾਅਦ ਇਹ ਅੱਗੇ ਨਵੀਂ ਬਰੇਤੀ ਪਈ ਇਹਨੂੰ ਬਰੇਤੀ ਵੀ ਆਂਦੇ ਨੇ ਤੇ ਇਹਨੂੰ ਬਰੇਤਾ ਵੀ ਆਂਦੇ ਨੇ ਠੀਕ ਹੋ ਗਿਆ ਜੀ ਤੇ ਇਹ ਜਿਹੜਾ ਦਰਿਆ ਦਾ ਪੇਟ ਏ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਤੁਸੀਂ ਸਾਹਮਣੇ ਵੇਖਦੇ ਅੱਛਾ ਜੀ ਐਡਮ ਰਾਲਾ ਦੀ ਜਿਹੜੀ ਅੱਜ ਦੀ ਰਿਪੋਰਟ ਹੈ ਅੱਜ ਦੀ ਰਿਪੋਰਟ ਦੇ ਵਿੱਚ 40000 ਪਾਣੀ ਉੱਤੇ ਵੇ ਟਾਈਮ ਜਨਾਬ ਮੇਰੇ ਕੋਲ ਇਸ ਟਾਈਮ ਜਿਹੜਾ ਹੋ ਗਿਆ ਉਹ ਵੀ ਤੁਹਾਨੂੰ ਖਾ ਦਿੰਨੇ ਆ ਜੀ 6 ਵਜੇ 13 ਮਿੰਟ ਜੀ 23 ਅਗਸਤ ਠੀਕ ਹੈ ਜੀ 6 ਵਜੇ ਵਾਲੀ ਜਿਹੜੀ ਰਿਪੋਰਟ ਏ ਉਹਦੇ ਵਿੱਚ 40000 ਪਾਣੀ ਹੇਠ ਮਰਾਲਾ ਗਲੁੱਤੇ ਹੋਵੇ 16000 ਪਾਣੀ ਥੱਲੇ ਆ ਰਿਹਾ ਜਾਂ ਡਿਸਚਾਰਜ ਹੋ ਰਿਹਾ ਖਾਨਕੀ ਕੋਲੇ ਜਨਾਬ ਮੇਰੀ ਕੋਈ 40000 ਪਾਣੀ ਤੇ 23000 ਪਾਣੀ ਥੱਲੇ ਜਾ ਰਿਹਾ ਕਾਦਰਾਬਾਦ ਕੋਲੇ ਕੋ 50000 ਪਾਣੀ ਤੇ ਕੋ 35000 ਥੱਲੇ ਜਾ ਰਿਹਾ ਅੱਗੇ ਜੀ ਤ੍ਰਿਮੂ ਤ੍ਰਿਮੂ ਕੋ ਪਾਣੀ ਹੈ 52000 ਤੇ ਥੱਲੇ ਪਾਣੀ ਜਾ ਰਿਹਾ 40000 ਉਸ ਤੋਂ ਅੱਗੇ ਜੀ ਹੈਡ ਪਾਇਨ ਨਾਲ ਤੇ ਹੈਡ ਪਾਇਨ ਨਾਲ ਕੋਲ ਪਾਣੀ ਹੈ 60000 ਤੇ ਥੱਲੇ ਜਾ ਰਿਹਾ ਜਨਾਬ 50000 ਇਹ ਤੇ ਹੋ ਗਈ ਜਨਾਬ ਤ੍ਰਾਇ ਚਨਾਬ ਦੀ ਰਿਪੋਰਟ ਤੇ ਉਸ ਤੋਂ ਬਾਅਦ ਮਰਗਾਬੀਆਂ ਵਾਲਿਆਂ ਨੂੰ ਜਨਾਬ ਉਹ ਕੀ ਕਰੋ ਐ ਸਾਰੀ ਮੁਰਗਾਬੀ ਚ ਆ ਰਹੀ ਜੀ ਮੁਰਗਾਬੀ ਇੰਟਰ ਹੋ ਗਈ ਜੀ ਪਾਕਿਸਤਾਨ ਦੇ ਵਿੱਚ ਪੰਜ ਦਾਣੇ ਮੁਰਗਾਬੀ ਦੇ ਅੱਜ ਨਜ਼ਰ ਆ ਗਏ ਜੀ ਠੀਕ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਜੀ ਜਿਹੜੇ ਮੀਡੀਅਮ ਚੱਲ ਰਹੇ ਨੇ ਉਹ ਚੱਲ ਰਹੇ ਨੇ ਗੁੱਡੂ ਤੇ ਸਖਰ ਸਖਰ ਦੇ ਕੋਲ ਪਾਣੀ ਹੈ 3 ਲੱਖ ਤੇ 80 ਹਜ਼ਾਰ ਤੇ ਗੁੱਡੂ ਕੋਲ ਪਾਣੀ ਹੈ 4 ਲੱਖ ਤੇ 20000 ਇਸ ਟਾਈਮ ਅਗਰ ਪੂਰੇ ਪਾਕਿਸਤਾਨ ਦੇ دریاਵਾਂ ਦੇ ਵਿੱਚ ਸਭ ਨੂੰ ਦੇ ਰਿਹਾ ਜਿਹੜਾ ਪਾਣੀ ਹੈ ਨਾ ਗੁੱਡੂ ਤੇ ਸਖਰ ਕੋਲ ਠੀਕ ਹੈ ਜਿਹੜੇ ਇੰਡਸਟਰੀ ਵਰ ਦੇ ਵਿੱਚ ਹੁੰਦੇ ਨੇ ਉਸ ਤੋਂ ਬਾਅਦ ਦਰਿਆਏ ਜੇਲਮ ਵੀ ਨਾਰਮਲ ਜਾ ਰਿਹਾ ਹੈ ਦਰਿਆਏ ਰਾਵੀ ਵੀ ਨਾਰਮਲ ਜਾ ਰਿਹਾ ਤੇ ਦਰਿਆਏ ਸਤਲਜ ਵੀ ਨਾਰਮਲ ਜਾ ਰਿਹਾ ਠੀਕ ਹੈ ਜੀ ਬਕਾਇਆ ਪੂਰੇ ਪਾਕਿਸਤਾਨ ਦੇ ਦਰਿਆ ਨਾਰਮਲ ਤੇ ਲੋ ਜਾ ਰਹੇ ਨੇ ਸਿਰਫ ਗੁੱড্ডੂ ਤੇ ਸਖਰ 1 ਕੋਲ 3 ਲੱਖ 80 ਹਜ਼ਾਰ ਪਾਣੀ ਹੈ 1 ਕੋਲ 4 ਲੱਖ ਤੇ 20 ਹਜ਼ਾਰ ਪਾਣੀ ਹੈ ਜਿਹੜਾ ਡਿਸਚਾਰਜ ਹੋ ਰਿਹਾ ਹੈ ਇਹਨਾਂ ਦੇ ਵਿੱਚੋਂ ਲੱਖ ਲੱਖ ਪਾਣੀ ਤੁਸੀਂ ਮਾਈਨਸ ਕਰ ਲੋ ਜਿਹੜੇ ਸਿੰਧ ਦੇ ਇਲਾਕੇ ਦੇ ਵਿੱਚ ਜਿਹੜੇ ਦੋਸਤ ਭਰਾ ਰਹਿੰਦੇ ਨੇ ਉਹ ਆਪਣਾ ਹਿਸਾਬ-ਤਾਬ ਲਾ ਲੈਣ ਕਿ ਇਹ ਜਿਹੜਾ ਪਾਣੀ ਹੈ ਇਹਨਾਂ ਨੂੰ ਤਕਲੀਫ ਦਿੰਦਾ ਹੈ ਜਾਂ ਨਹੀਂ ਠੀਕ ਹੈ ਮਗਰ ਉਹ ਵੱਡੇ ਦਰਿਆ ਨੇ ਦਰਿਆਵਾਂ ਦੇ ਪੇਟ ਕਾਫੀ ਵੱਡੇ ਨੇ ਉਹਨਾਂ ਨੂੰ 4 ਲੱਖ ਪਾਣੀ ਕੁਛ ਨਹੀਂ ਆਂਦਾ ਠੀਕ ਹੈ ਜੀ ਇਹ ਤੁਸੀਂ ਸਾਰਾ ਵੇਖ ਲਓ ਜੀ ਬਰੇਤਾ ਦਰਿਆ ਦਾ ਪੇਟ ਬਿਲਕੁਲ ਸਾਫ ਕਲੀਅਰ ਨਜ਼ਰ ਆਉਣ ਲੱਗ ਪੂਰਾ ਦਰਿਆ ਦੇ ਵਿੱਚ ਬਰੇਥੀ ਬਰੇਦੀਆਂ ਨੇ ਪਰਲੀ ਨਾਲੀ ਜਿਹੜੀ ਸੀ ਇਹਦੀ ਉਹ ਵੀ ਤਕਰੀਬਨ ਬੰਦ ਹੋ ਚੁੱਕੀ ਆ ਰੇਤ ਵੇਖ ਲਓ ਇਹ ਆ ਗਈ ਇੱਥੋਂ ਤੱਕ ਇਹ ਵੀ ਸਾਰੀ ਜਨਾਬ ਰੇਤ ਤੇ ਮੈਂ ਆਖਿਆ ਭਰਾਵਾਂ ਨੂੰ ਨਾ ਜਿਹੜੀ ਵੀਡੀਓ ਹੈ ਨਾ ਉਹ ਇਸ ਤਰ੍ਹਾਂ ਦੀ ਅੱਜ ਬਣਾ ਕੇ ਸੈਂਡ ਕਰਾਂ ਕਿ ਸਾਰੇ ਜਨਾਬ ਖੁਸ਼ ਹੋ ਜਾਣ ਠੀਕ ਹੈ ਤੇ ਤਕਰੀਬਨ 59000 ਫਾਲੋਅਰ ਹੋ ਗਿਆ ਫੇਸਬੁਕ ਤੇ ਤੇ ਹਿੰਮਤ ਮਾਰ ਕੇ ਨਾ 60000 ਜਨਾਬ ਕਰਾਸ ਕਰੋ ਠੀਕ ਹੈ ਤਾਂ ਕਿ ਜਿੰਨੇ ਵੀ অর্ਗੈਨਿਕ ਇੱਕ ਨੰਬਰ ਭਰਾ ਨੇ ਅੱਛੇ ਉਹ ਸਾਰੇ ਜਨਾਬ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਗੇ। ਮਜ਼ੀਦ ਜੀ ਉਮੀਦ ਕਰਨਾ ਜਿਹੜੀ ਤੁਹਾਨੂੰ ਅਪਡੇਟ ਦਿੱਤੀਏ ਤੁਹਾਨੂੰ ਪਸੰਦ ਆਈ ਹੋਵੇ ਦੀ। ਠੀਕ ਹੈ ਜੀ ਤੇ ਅੱਜ ਦੀ ਵੀਡੀਓ ਤੇ ਅੱਜ ਦਾ ਵਲੋਗ ਕਰਨਿਆ ਖਤਮ। ਮੈਨੂੰ ਦਿਓ ਜੀ ਇਜਾਜ਼ਤ। ਨੈਕਸਟ ਵੀਡੀਓ ਹੋਂ ਤੱਕ ਜ਼ਿਆਦਾ ਜ਼ਿਆਦਾ ਆਪਣਾ ਖਿਆਲ ਰੱਖਿਓ। ਆਪਣੀਆਂ ਖਾਸ ਦੁਆਵਾਂ ਦੇ ਵਿੱਚ ਮੈਨੂੰ ਯਾਦ ਰੱਖਿਓ ਤੇ ਇਨਸ਼ਾਅੱਲਾ ਮਿਲਨੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ। ਅੱਲਾਹ ਹਾਫਿਜ਼ ਫੀਮਾਰ ਅੱਲਾਹ।